ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਭਾਜਪਾ ਦੇ 240 MP ਛੱਡਣ ਤੋਂ ਇਲਾਵਾ ਬਾਕੀ ਸਾਰੇ MPs ਨੂੰ ਜਿਹੜਾ ਹੈਗਾ ਕਿਸਾਨੀ ਮੰਗਾਂ ਸੰਬੰਧੀ ਮੰਗ ਪੱਤਰ ਨੇ ਉਹ ਦਿੱਤੇ ਜਾ ਰਹੇ ਨੇ। ਔਰ ਇਸ ਸਮੇਂ ਮੈਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ, ਜਿੱਥੇ ਕਿ ਕਿਸਾਨ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ। ਔਰ ਅੱਜ ਉਹ ਜਿਹੜਾ ਮੰਗ ਪੱਤਰ ਹੈਗਾ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਜਿਹੜੇ ਹੈਗੇ ਆ ਉਹਨਾਂ ਨੂੰ ਦੇਣ ਦੇ ਲਈ ਪੁੱਜੇ ਨੇ। ਪਹਿਲਾਂ ਤਾਂ ਸਰ ਕੀ ਨਾਮ ਹੈਗਾ ਜੀ, ਔਰ ਅੱਜ ਦੀ ਜਿਹੜੀ ਇਕੱਤਰਤਾ ਉਹਦੇ ਬਾਰੇ ਥੋੜਾ ਜਿਹਾ ਇੱਕ ਵੀ ਸਾਫ ਕਰ ਦਿਓ। ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜ਼ਿਲ੍ਹੇ ਦਾ ਮੀਤ ਪ੍ਰਧਾਨ ਦਿਆਲ ਸਿੰਘ ਮੀਆਂ ਵਿੰਡਾ, ਅੱਜ ਜਿਹੜਾ ਜੱਲੂ ਖੇੜਿਆ ਸੀ ਮੰਗ ਪੱਤਰ ਦੇਣ ਆਇਆ। ਕਿਉਂ ਮੰਗ ਪੱਤਰ ਦੇਣ ਆਇਆ? ਜਿਹੜਾ ਸਿੱਬੂ ਬਾਰਡਰ ਖਨੌਰੀ ਬਾਰਡਰ ਤੇ ਦਾਭਾ ਵਾਲੀ ਤੇ ਸਾਡਾ ਮੋਰਚਾ ਚੱਲਣ ਡਿਆ, ਉਹਨਾਂ ਮੋਰਚੇ ਦਾ ਫੈਸਲਾ ਹੈਗਾ ਵੀ ਅੱਜ ਜਿਹੜਾ ਪੂਰੇ ਭਾਰਤ ਦੇ ਵਿੱਚ ਮੰਗ ਪੱਤਰ ਦਿੱਤੇ ਜਾਣ, MP ਜਿੰਨੇ ਨਵੇਂ MP ਬਣਿਆ ਸਿਰਫ ਭਾਜਪਾ ਨੂੰ ਛੱਡ ਕੇ ਮੰਗ ਪੱਤਰ ਦੇਵਾਂਗੇ। ਤੇ ਮੰਗ ਪੱਤਰ ਸਾਡੇ ਕੀ ਆ? ਸਮੁੱਚਾ ਕਰਜ਼ਾ ਕਿਸਾਨ ਦਾ ਮਜ਼ਦੂਰ ਦਾ ਮਾਫ਼ ਕਰਾਉਣਾ, MFC ਤੇ ਗਰੰਟੀ ਲੈਣੀ, ਜਿਹੜਾ ਨਰੇਗਾ ਦੇ 100 ਦਿਨ ਦਿਹਾੜੀਆ 200 ਦਿਨ ਦਿਹਾੜੀ ਲੈਣੀ ਤੇ ਦਿਹਾੜੀ 700 ਰੁਪਇਆ ਲੈਣੀ। ਇਸੇ ਤਰ੍ਹਾਂ ਜਿੰਨੇ ਸਾਡੇ ਮੰਗ ਪੱਤਰ ਚ ਖਨੌਰੀ ਬਾਰਡਰ ਤੇ ਮੰਗ ਪੱਤਰ ਚ ਜਿੰਨੇ ਮਸਲੇ ਉਹ ਹੱਲ ਕਰਾਉਣੇ ਆ, ਅੱਜ ਜਿਹੜੇ MP ਨੂੰ ਅਸੀਂ ਦੇ ਰਹੇ ਆ ਅੰਮ੍ਰਿਤਪਾਲ ਨੂੰ ਦੇਣ ਆਏ ਮੰਗ ਪੱਤਰ ਜੱਲੂ ਖੇੜੇ, ਉਹ ਮੰਗ ਪੱਤਰ ਸਾਡਾ ਜਿਹੜਾ ਦਿੱਲੀ ਲੋਕ ਸਭਾ ਚ ਪਹੁੰਚੂਗਾ। ਜਿੰਨੇ MPਆਂ ਨੂੰ ਮੰਗ ਪੱਤਰ ਦੇਣੇ ਆ, ਕਿਉਂਕਿ ਵਿਰੋਧੀ ਧਿਰ ਜਿਹੜੇ ਆ ਉਹ ਅੱਗੇ ਨੂੰ ਕਾਮਯਾਬ ਹੋਏ ਆ। ਪਹਿਲਾਂ ਮੋਦੀ ਜਿਹੜਾ ਸੀ ਉਹ ਆਪਣੀ ਸਰਕਾਰ ਬਣਾ ਕੇ ਬੈਠਾ, ਮੋਦੀ ਸਰਕਾਰ ਕਹਿੰਦੇ ਸੀ, ਹੁਣ ਸਰਕਾਰ ਮੋਦੀ ਨੀ ਹੁਣ ਲੰਗੜੀ ਸਰਕਾਰ ਵਾ। ਇਹ ਕਰਕੇ ਮੰਗ ਪੱਤਰ ਅਸੀਂ ਦਿੱਲੀ ਪਜਾਉਂਦੇ ਆ। ਜਦੋਂ ਲੋਕ ਸਭਾ ਦਾ ਸੈਸ਼ਨ ਚੱਲੂਗਾ ਸਾਡੇ ਜਿੰਨੇ MP ਆ ਜਿੰਨੇ ਉਹਦੇ ਵਿਰੋਧ ਆ ਉਹ ਮੰਗ ਪੱਤਰ ਉਠਾਉਣਗੇ, ਸਾਡੇ ਕਿਸਾਨਾਂ ਦੇ ਮੁੱਦੇ ਉਠਾਉਣਗੇ। ਇਸ ਕਰਕੇ ਅਸੀਂ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ, ਮੋਦੀ ਤੂੰ ਕਿਹੜੇ ਬਾਗ ਦੀ ਮੁਨੀ ਆ? ਜਦੋਂ ਪਹਿਲਾ ਧੰਨਾ ਲੱਗਾ ਸੀ ਉਦੋਂ ਵੀ ਅਸੀਂ ਆਉਂਦੇ ਹਾਂ, ਮੋਦੀ ਤੇਰੀਆਂ ਜੜ੍ਹਾਂ ਪੁੱਟ ਦਾਂਗੇ। ਤੇ ਮੋਦੀ ਦੀਆਂ ਜੜ੍ਹਾਂ ਪੁੱਟੀਆਂ ਗਈਆਂ, ਇਹ ਨੀ ਵੀ ਰੁੱਖ ਪੁੱਟਿਆ ਜਾਵੇ ਤੇ ਉਹਨਾਂ ਨੂੰ ਜੜ੍ਹਾਂ ਆਉਂਦੇ ਆ। ਜਿਹੜੇ MP ਹਰੇ ਆ 240 ਤੇ ਸੀਮਤ ਰਹਿ ਗਿਆ, ਇਹਦਾ ਮਤਲਬ ਮੋਦੀ ਦੀਆਂ ਜੜ੍ਹਾਂ ਪੁੱਟੀਆਂ ਗਈਆਂ ਵਾ। ਹੁਣ ਵੀ ਮੋਦੀ ਨੂੰ ਦੱਸ ਦੇਣਾ ਚਾਹੁੰਦੇ ਹਾਂ, ਅਮਿਤ ਸ਼ਾਹ ਨੂੰ ਦੱਸ ਦੇਣਾ ਚਾਹੁੰਦੇ ਹਾਂ, ਕਿਸਾਨਾਂ ਦੇ ਮਸਲੇ ਹੱਲ ਕਰਾ ਲਾ। ਜਿੰਨਾ ਚਿਰ ਮਸਲੇ ਹੱਲ ਨਹੀਂ ਹੁੰਦੇ ਕਿਸੇ ਵੀ ਸ਼ਰਤ ਜਿਹੜੇ ਆ ਆਪਣੇ ਦੋਲਨ ਉੱਥੋਂ ਨਹੀਂ ਚੁੱਕੇ ਜਾਣਗੇ। ਹਾਂ, ਜੇ ਦੋਲਨ ਚਲਾਉਣਾ ਇੱਕ ਮੌਕਾ ਤੁਹਾਡੇ ਕੋਲ ਜ਼ਰੂਰ ਹੈਗਾ ਜੀ, ਸਾਨੂੰ ਕੁੱਟ ਲਓ, ਸਾਡੇ ਤੇ ਗੋਲੀਆਂ ਮਾਰ ਲਓ, ਸਾਨੂੰ ਸ਼ਹੀਦ ਕਰ ਲਓ, ਤੇ ਫੇਰ ਵੀ ਅਸੀਂ ਨਹੀਂ ਉੱਠਾਂਗੇ ਜਿੰਨਾ ਚਿਰ ਸਾਡੇ ਆਖਰੀ ਸਾਹ ਚੱਲਦੇ ਆ। ਜੇ ਤੁਸੀਂ ਉਠਾਉਣਾ ਤੇ ਸਾਡੇ ਮਸਲੇ ਹੱਲ ਕਰ ਲਓ। ਜਿਹੜੀਆਂ ਕੰਧਾਂ ਗੇ ਕੀਤੀਆਂ ਵਾ, ਜਿਹੜੀਆਂ ਭਾਜਪਾ ਦੇ ਗੁੰਡੇ ਆਉਂਦੇ ਆ ਸਾਡੀ ਸਟੇਜ ਤੇ ਆਣ ਕੇ ਵੀ ਇਹ ਕਿਸਾਨਾਂ ਨੇ ਰਾਹ ਬੰਦ ਕੀਤੇ ਆ, ਬਿਲਕੁਲ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਅਸੀਂ 13 ਫਰਵਰੀ ਨੂੰ ਉਤਰਿਆ ਤੇ ਕੰਧਾਂ ਕਿੰਨੀ ਨੂੰ ਹੋਈਆਂ ਸੀਗੀਆਂ, 8 ਤਰੀਕ ਨੂੰ ਕੰਧਾਂ ਆਈਆਂ ਸੀ, ਕਿੱਲ ਕਿੰਨੇ ਠੋਕਿਆ? ਮੋਦੀ ਸਰਕਾਰ ਨੇ ਠੋਕਿਆ, ਖੱਟੇ ਸਰਕਾਰ ਨੇ ਠੋਕਿਆ। ਅਸੀਂ ਆਉਂਦੇ ਹਾਂ, ਰਾਹ ਖਾਲੀ ਕਰੋ, ਜਿੰਨੇ ਵਪਾਰੀ ਆ ਆਪਣਾ ਸਮਾਨ ਲੈ ਕੇ ਜਾਣਾ ਤੇ ਅਸੀਂ ਜਾ ਕੇ ਦਿੱਲੀ ਜਿਹੜਾ ਸੜਕਾਂ ਦੇ ਉੱਤੇ ਧੰਦੇ ਲਾਈਏ, ਮੋਦੀ ਦੇ ਗੱਲ ਦੇ ਉੱਤੇ ਧੌਣ ਤੇ ਗੋਡਾ ਰੱਖ ਕੇ ਆਪਣੀਆਂ ਸ਼ਰਤਾਂ ਮਨਾਵਾਂਗੇ। ਹੁਣ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਹੈ ਤੁਹਾਡੀ, ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਹੈਗਾ ਮੰਗ ਪੱਤਰ ਲੈਣ ਲਈ ਪਹੁੰਚ ਰਹੇ ਨੇ? ਹਾਂ, ਸਾਡੀ ਅੰਮ੍ਰਿਤਪਾਲ ਦੇ ਡੈਡੀ ਨਾਲ ਮੁਲਾਕਾਤ ਹੋਈ ਆ, ਘਰ ਉਹ ਬੈਠੇ, ਉਹਨਾਂ ਨੂੰ ਮੰਗ ਪੱਤਰ ਸਾਡੇ ਜ਼ਿਲ੍ਹੇ ਦੇ ਆਗੂ ਸਤਨਾਮ ਸਿੰਘ ਮਾਨੋਚਾਲ ਨੇ ਪੜ ਕੇ ਸੁਣਾਤਾ ਵਾ, ਹੁਣ ਇੱਥੇ ਸਟੇਜ ਤੇ ਵੀ ਆਉਣਗੇ ਤੇ ਮੰਗ ਪੱਤਰ ਸਾਡਾ ਲੈਣਗੇ। ਕਿੰਨੇ ਵਜੇ ਇਕੱਤਰਤਾ ਇੱਥੇ ਸ਼ੁਰੂ ਕੀਤੀ ਗਈ ਸੀ ਤੇ 2 ਵਜੇ ਤੱਕ ਦਾ ਜਿਵੇਂ ਕਿ ਪਾਰਟੀ ਨੇਤਾ ਤੁਹਾਡੇ ਸੀਨੀਅਰ ਨੇਤਾ ਬੰਦੇਰ ਸਾਹਿਬ ਵੱਲੋਂ ਦਿੱਤਾ ਗਿਆ ਸੀਗਾ ਬਿਆਨ, ਤਾਂ ਇੱਥੇ 2 ਵਜੇ ਤੱਕ ਅਸੀਂ 10:30 ਵਜੇ ਸ਼ੁਰੂ ਕਰਤਾ ਹੈਗਾ, ਹੁਣ ਤਕਰੀਬਨ 12:15 ਹੋ ਗਿਆ, ਗਰਮੀ ਬਹੁਤ ਜ਼ਿਆਦਾ ਆ। ਅਸੀਂ ਫੈਸਲਾ ਕੀਤਾ ਵੀ ਅੱਧਾ ਘੰਟਾ ਸਟੇਜ ਚਲਾ ਕੇ ਮੰਗ ਪੱਤਰ ਦੇ ਕੇ ਤੇ ਸਮਾਪਤੀ ਕਰ ਦੇਣੀ ਆ। ਧੰਨਵਾਦ। ਤਾਂ ਇਹ ਸਨ ਵੱਖ ਵੱਖ ਕਹਿ ਸਕਦੇ ਕਿ ਇਕੱਤਰਤਾਵਾਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਪੰਜਾਬ ਭਰ ਦੇ ਵੱਖ ਵੱਖ ਮੈਂਬਰ ਪਾਰਲੀਮੈਂਟ ਜਿਹੜੇ ਹੈਗੇ ਆ ਉਹਨਾਂ ਤੋਂ ਸਾਹਮਣੇ ਆ ਰਹੀਆਂ ਨੇ, ਤਾਂ ਉੱਥੇ ਹੀ ਇਹ ਜਿਹੜੀਆਂ ਤਸਵੀਰਾਂ ਨੇ ਇਹ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਘਰ ਦੇ ਬਾਹਰ ਦੀਆਂ ਨੇ, ਜਿੱਥੇ ਕਿ ਅੱਜ ਕਿਸਾਨ ਜਿਹੜੇ ਨੇ ਉਹ ਆਪਣੀਆਂ ਵੱਖ ਵੱਖ ਕਿਸਾਨੀ ਮੰਗਾਂ ਨੂੰ ਲੈ ਕੇ ਮੰਗ ਪੱਤਰ ਦੇਣ ਦੇ ਲਈ ਪਹੁੰਚੇ ਨੇ। ਔਰ ਥੋੜੀ ਹੀ ਦੇਰ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਮੰਗ ਪੱਤਰ ਹੈਗਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਅਸੀਮ ਸਿੰਘ ਨੂੰ ਦਿੱਤਾ ਜਾਵੇਗਾ। ਨਿਊਜ਼ 18 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ, ਜੱਲੂਪੁਰ ਖੈੜਾ।